ਨੇਮ ਇਟਲੀ ਆਉਣ ਦੇ ਚਾਹਵਾਨ ਆ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਉਹ ਇਹ ਆ ਰਹੀ ਆ ਕਿ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ ਜਿਹੜੀਆਂ ਕਿ ਆਨਲਾਈਨ ਮਿਲਦੀਆਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕੀ ਇਹ ਸੱਚਾਈ ਆ ਪੰਜਾਬ 'ਚ ਮੁੱਦਾ ਆ ਲੋਕਾਂ ਦੇ ਪੇਪਰਾਂ ਦੇ 6-6 ਮਹੀਨੇ ਪੇਪਰ ਐਕਸਪਾਇਰ ਹੋ ਜਾਂਦੇ ਅਪਾਇੰਟਮੈਂਟ ਨਹੀਂ ਮਿਲਦੀ ਇਹ ਇਹਦਾ ਮੇਨ ਕਾਰਨ ਕੀ ਆ ਜਿਹੜੀ ਅਪਾਇੰਟਮੈਂਟ ਨਹੀਂ ਮਿਲ ਰਹੀ ਠੀਕ ਹੈ ਜੀ ਇਹ ਬੀਐਫਐਸ ਰਾਤ ਨੂੰ ਖੋਲਦੀ 10 ਵਜੇ 11 ਵਜੇ 12 ਵਜੇ ਕਬੂ ਦੋ 3 ਵਜੇ ਸੁੱਤਿਆਂ ਤੇ ਇਹ ਮਿੰਟ ਦੀ ਪਾਲਿਸੀ ਆ ਕਿ ਜਿਹੜੀਆਂ ਅਪਾਇੰਟਮੈਂਟਾਂ ਥੋੜੀਆਂ ਦੇਣੀਆਂ ਕੋ ਤਾਂ ਪੇਪਰ ਕਾਫੀ ਜ਼ਿਆਦਾ ਹੱਦ ਤੱਕ ਨਿਕਲ ਇਟਲੀ ਚੋਂ ਪਰ ਉਹਨਾਂ ਦੀ ਆਪਣੀ ਪਾਲਿਸੀ ਹਿਸਾਬ ਨਾਲ ਜੀ 40 ਜਾਂ 50 ਜਾਂ 100 ਅਪਾਇੰਟਮੈਂਟ ਮਿਲ ਦਿੰਦੇ ਆ ਉਹੀ ਪਿੱਛੇ ਯੂਕਰੇਨ ਦੀ ਲੜਾਈ ਤੋਂ ਬਾਅਦ ਚ ਬਹੁਤ ਸਾਰੇ ਯੂਕਰੇਨੀ ਲੋਕ ਇੱਥੇ ਆਏ ਆ ਥੋੜਾ ਕਾਰਨ ਇਹ ਵੀ ਹੈਗਾ ਵੀ ਯੂਕਰੇਨ ਦੇ ਕਾਫੀ ਜਿਹੜੇ ਆ ਨਾ ਇਹ ਬੰਦੇ ਉਹ ਇਟਲੀ ਜਿੰਟਰ ਕੀਤੇ ਆ ਉਹ ਵੀ ਰੀਜ਼ਨ ਹੋ ਸਕਦਾ ਹਾਂਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਯੂਰਪ ਨਿਊਜ਼ ਪੰਜਾਬੀ ਟੀਵੀ ਅਤੇ ਮੈਂ ਹਾਂ ਸਾਬੀ ਚੀਨੀਆ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਇਟਲੀ ਦੇ ਉਹਨਾਂ ਮਸਲਿਆਂ ਨੂੰ ਲੈ ਕੇ ਜਿਨ੍ਹਾਂ ਮਸਲਿਆਂ ਤੋਂ ਪਿਛਲੇ ਕੁਛ ਸਮੇਂ ਤੋਂ ਪੰਜਾਬੀ ਬਹੁਤ ਪਰੇਸ਼ਾਨ ਨੇ ਖਾਸ ਕਰਕੇ ਉਹ ਲੋਕ ਜਿਹੜੇ ਇਟਲੀ ਵਿੱਚ ਆਉਣਾ ਚਾਹੁੰਦੇ ਨੇ ਸੋ ਮੇਰੇ ਨਾਲ ਜਲੰਧਰ ਤੋਂ ਦਾਦਰਾ ਟਰੈਵਲਸ ਤੋਂ ਸ਼੍ਰੀ ਪਰਸ਼ੋਤਮ ਦਾਦਰਾ ਜੀ ਮੌਜੂਦ ਨੇ ਜਿਹੜੇ ਕਿ ਇੱਕ ਇਮੀਗ੍ਰੇਸ਼ਨ ਮਾਹਰ ਨੇ ਅਤੇ ਆਪਾਂ ਅੱਜ ਕੁਛ ਇਟਲੀ 'ਚ ਆਉਣ ਵਾਲਿਆਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਨਾਲ ਸੰਬੰਧ 'ਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦਾਦਰਾ ਸਾਹਿਬ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਵੈਲਕਮ ਸਰ ਤੁਹਾਡਾ ਸਰ ਤੁਹਾਡਾ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਿਆਰ ਦਿੱਤਾ ਇਟਲੀ ਆਉਣ ਵਾਸਤੇ ਤੁਸੀਂ ਸਾਨੂੰ ਯਾਦ ਕੀਤਾ ਇਸ ਲਈ ਤੁਹਾਡਾ ਕੋਟ ਕੋਟ ਧੰਨਵਾਦ ਹਾਂ ਜੀ ਸਰ ਇਸ ਟਾਈਮ ਜਿੰਨੇ ਵੀ ਇਟਲੀ ਆਉਣ ਦੇ ਚਾਹਵਾਨ ਆ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਉਹ ਇਹ ਆ ਰਹੀ ਆ ਕਿ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ ਜਿਹੜੀਆਂ ਕਿ ਆਨਲਾਈਨ ਮਿਲਦੀਆਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕੀ ਇਹ ਸੱਚਾਈ ਆ ਸਰ ਬਿਲਕੁਲ ਇਹ ਸੱਚਾਈ ਆ ਜੀ ਕਿਉਂਕਿ ਜਿਹੜੀ ਅੱਜ ਦੀ ਤਰੀਕ ਵਿੱਚ ਅਪਾਇੰਟਮੈਂਟ ਬਹੁਤ ਇੱਕ ਮੇਨ ਮੁੱਦਾ ਸਾਡਾ ਪੰਜਾਬ 'ਚ ਮੁੱਦਾ ਆ ਲੋਕਾਂ ਦੇ ਪੇਪਰਾਂ ਦੇ 6-6 ਮਹੀਨੇ ਪੇਪਰ ਐਕਸਪਾਇਰ ਹੋ ਜਾਂਦੇ ਅਪਾਇੰਟਮੈਂਟ ਨਹੀਂ ਮਿਲਦੀ ਇਹ ਬੀਐਫਐਸ ਵਿੱਚ ਖੁਦ ਚਾਹੀਦਾ ਵੀ ਅਪਾਇੰਟਮੈਂਟ ਆਨਲਾਈਨ ਖੋਲ ਲਿਓ ਜਿਹੜੀ ਬੰਦਾ ਆਪਣੇ ਘਰੋਂ ਚੁੱਕ ਕੇ 600 ਰੁਪਏ ਦਾ ਕੰਮ ਆ ਅਤੇ ਉਹ ਹਜ਼ਾਰਾਂ 'ਚ ਬਦਲ ਜਾਂਦਾ ਆ ਇਹਦਾ ਮੇਨ ਕਾਰਨ ਕੀ ਆ ਜਿਹੜੀ ਅਪਾਇੰਟਮੈਂਟ ਨਹੀਂ ਮਿਲ ਰਹੀ ਕਿਉਂਕਿ ਬਹੁਤ ਸਾਰੇ ਜਿੱਦਾਂ ਕਹਿ ਲਓ ਟੈਕਨੀਕਲੀ ਯੁੱਗ ਆ ਗਿਆ ਸਾਡੇ ਬੱਚੇ ਬਹੁਤ ਪੜ੍ਹ ਗਏ ਨੇ ਮੁੰਡੇ ਪੜ੍ਹੇ ਲਿਖੇ ਨੇ ਕੁੜੀਆਂ ਪੜ੍ਹੀਆਂ ਲਿਖੀਆਂ ਨੇ ਉਹ ਕੋਸ਼ਿਸ਼ ਕਰਦੇ ਆ ਆਪ ਘਰਾਂ ਤੋਂ ਵੀ ਆਪਣਾ ਕੰਮ ਅਸੀਂ ਖੁਦ ਕਰੀਏ ਸਾਨੂੰ ਕਿਸੇ ਕੋਲ ਨਾ ਜਾਣਾ ਪਵੇ ਪਰ ਇਹ ਮੁਸ਼ਕਲ ਕਿੱਥੇ ਆ ਰਹੀ ਆ ਕਾਰਨ ਕੀ ਆ ਸਰ ਜਿਹੜਾ ਅਫੀਸ਼ੀਅਲ ਟਾਈਮ ਗਵਰਨਮੈਂਟ ਆਫ ਇੰਡੀਆ ਦਾ ਜਾਂ ਪੰਜਾਬ ਦਾ ਉਹ 9 ਤੋਂ 5 ਆ 9 ਤੋਂ 5 ਵਜੇ ਤੱਕ ਠੀਕ ਹੈ ਜੀ ਇਹ ਬੀਐਫਐਸ ਰਾਤ ਨੂੰ ਖੋਲ੍ਹਦੀ 10 ਵਜੇ 11 ਵਜੇ 12 ਵਜੇ ਕਬੂ ਦੋ 3 ਵਜੇ ਸੁੱਤਿਆਂ 'ਤੇ ਇਹ ਟਾਈਮ ਨਹੀਂ ਉਹ ਟਾਈਮ ਖੋਲ੍ਹਦੀ 1-2-3 ਮਿੰਟ ਬਸ ਇਹ ਨਹੀਂ ਚਾਹੀਦਾ ਦਿਨੇ ਈ ਆਪਣੇ ਦਿਨੇ ਖੋਲ੍ਹੇ ਆਪਣੀ ਜਿਹੜੀ ਆ ਵੈਬਸਾਈਟ ਹੈਗੀ ਆ ਤਾਂ ਕਿ ਲੋਕ ਈਜ਼ੀ ਚੱਕ ਸਕਣ ਆਪ ਅਪਾਇੰਟਮੈਂਟ ਇਹਦਾ ਕਾਰਨ ਕੀ ਆ ਟ੍ਰੈਫਿਕ ਜ਼ਿਆਦੀ ਆ ਮੀਨਸ ਇਟਲੀ ਆਉਣ ਵਾਲਿਆਂ ਦੀ ਗਿਣਤੀ ਜ਼ਿਆਦੀ ਆ ਜਾਂ ਕੋਈ ਇਟਲੀ ਗੌਰਮੈਂਟ ਦੀ ਪਾਲਿਸੀ ਆ ਕਿ ਜਿਹੜੀਆਂ ਅਪਾਇੰਟਮੈਂਟਾਂ ਥੋੜ੍ਹੀਆਂ ਦੇਣੀਆਂ ਕੋ ਸਰ ਕੁਛ ਪਾਲਿਸੀ ਵੀ ਹੈ ਵੀ ਅਸੀਂ ਇਸ ਮਹੀਨੇ ਇੰਨੀ ਇਸ਼ੂ ਕਰਨੇ ਵੀਜ਼ੇ ਤਾਂ ਪੇਪਰ ਕਾਫੀ ਜ਼ਿਆਦਾ ਹੱਦ ਤੱਕ ਨਿਕਲੇ ਇਟਲੀ 'ਚੋਂ ਪਰ ਉਹਨਾਂ ਦੀ ਆਪਣੀ ਪਾਲਿਸੀ ਹਿਸਾਬ ਨਾਲ ਜੀ 40 ਜਾਂ 50 ਜਾਂ 100 ਅਪਾਇੰਟਮੈਂਟ ਮਿਲ ਦਿੰਦੇ ਆ ਉਹੀ ਦਿੰਦੇ ਪੇਪਰ ਕਾਫੀ ਜ਼ਿਆਦਾ ਨਿਕਲੇ ਹੈ ਜੀ ਉਹਦੇ ਹਿਸਾਬ ਨਾਲ ਪੇਪਰ ਜ਼ਿਆਦਾ ਨਿਕਲਣ ਤੋਂ ਬਾਅਦ ਅਪਾਇੰਟਮੈਂਟ ਬਹੁਤ ਘੱਟ ਮਿਲਦੀ ਹੈ ਜੀ ਸਰ ਕੀ ਗੱਲ ਆ ਜਿਹੜੇ ਪਿੱਛੇ ਯੂਕਰੇਨ ਦੀ ਲੜਾਈ ਤੋਂ ਬਾਅਦ ਚ ਬਹੁਤ ਸਾਰੇ ਯੂਕਰੇਨੀ ਲੋਕ ਇੱਥੇ ਆਏ ਆ ਇਹ ਅਪਾਇੰਟਮੈਂਟਾਂ ਉਹਨਾਂ ਦਾ ਕਰਕੇ ਲੇਟ ਹੋ ਰਹੀਆਂ ਜਾਂ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਆ ਸਰ ਇਹ ਥੋੜਾ ਕਾਰਨ ਇਹ ਵੀ ਹੈਗਾ ਵੀ ਯੂਕਰੇਨ ਦੇ ਕਾਫੀ ਜਿਹੜੇ ਆ ਨਾ ਇਹ ਬੰਦੇ ਉਹ ਇਟਲੀ ਜਿੰਟਰ ਕੀਤੇ ਆ ਉਹ ਵੀ ਰੀਜ਼ਨ ਹੋ ਸਕਦਾ ਹਾਂਜੀ ਬਿਲਕੁਲ ਹੋ ਸਕਦਾ ਬਾਕੀ ਜਿਹੜੀ ਇਟਲੀ ਗਵਰਨਮੈਂਟ ਆ ਉਹ ਕਿੰਨੇ ਵੀਜ਼ੇ ਇਸ਼ੂ ਕਰਨੇ ਹੈਗੇ ਇੰਡੀਆ 'ਚੋਂ ਉਹ ਕਿੰਨੇ ਬੰਦੇ ਇੰਡੀਆ ਆ ਰਹੇ ਗਾ ਉਹਨਾਂ ਪੇਪਰ ਪਰਵੇ ਕਰਨੇ ਫਾਈਲਾਂ ਬਣਾਉਣੇ ਕਿੱਟਾਂ ਬਣਾਉਣੇ ਇਹ ਵੀ ਟਾਈਮ ਲੱਗਦਾ ਸਰ ਇਸ ਕਰਕੇ ਉਹ ਜਿੰਨੇ ਕੁ ਲੋੜ ਈਜ਼ੀ ਕੰਮ ਕਰ ਸਕੇ ਅਫੀਸ਼ੀਅਲੀ ਤਾਂ ਉਹਦੇ ਹਿਸਾਬ ਨਾਲ ਵੀਜ਼ੇ ਇਸ਼ੂ ਕਰਦੇ ਹੋ ਹਾਂਜੀ ਸੋ ਇਹਨਾਂ ਨੇ ਬੜਾ ਵਧੀਆ ਜਵਾਬ ਦਿੱਤਾ ਕਿ ਗੌਰਮੈਂਟ ਨੇ ਇੱਕ ਚੈਨ ਸਿਸਟਮ ਬਣਾਇਆ ਹੋਇਆ ਵਾ ਕਿ ਜਿੰਨੇ ਕੁ ਵੀਜ਼ੇ ਉਹ ਇੰਡੀਆ ਤੋਂ ਇਸ਼ੂ ਕਰਦੇ ਆ ਉਹ ਜਿਹੜਾ ਪੇਪਰ ਵਰਕ ਆ ਉਹ ਬਾਅਦ ਵਿੱਚ ਇਟਲੀ ਵਿੱਚ ਆ ਕੇ ਵੀ ਹੁੰਦਾ ਵਾ ਕਿਉਂਕਿ ਇੱਥੇ ਵੀ ਦੁਬਾਰਾ ਤੋਂ ਕਸਤੂਰਿਆਂ ਦੇ ਵਿੱਚ ਫਾਈਲਾਂ ਜਮ੍ਹਾਂ ਹੁੰਦੀਆਂ ਨੇ ਫਿੰਗਰ ਪ੍ਰਿੰਟ ਹੁੰਦੇ ਨੇ ਫਿਰ ਅਖੀਰ ਜਾ ਕੇ ਕਿਤੇ ਜਿਹੜੀ ਆ ਪਰਮੇਸੋ ਦੀ ਸਜੋਰ ਨੂੰ ਮਿਲਦੀ ਆ ਜਿਹਨੂੰ ਆਪਾਂ ਕਿ ਇਟਲੀ ਦੇ ਵਿੱਚ ਵਰਕ ਪਰਮਿਟ ਕਹਿ ਦਿੰਦੇ ਹਾਂ ਜਾਂ ਰੈਜੀਡੈਂਸ ਕਹਿ ਦਿੰਦੇ ਹਾਂ ਜਿਹਦੇ ਆਸਰੇ ਅਸੀਂ ਇਟਲੀ ਵਿੱਚ ਰਹਿੰਦੇ ਹਾਂ ਸੋ ਹੋ ਸਕਦਾ ਕਿ ਗੌਰਮੈਂਟ ਦੀ ਇੱਕ ਥਿਊਰੀ ਹੋਵੇ ਕਿ ਅਸੀਂ ਇੰਨੀਆਂ ਕਿ ਜਿਹੜੀਆਂ ਅਪਾਇੰਟਮੈਂਟਾਂ ਵਾ ਉਹ ਇਸ਼ੂ ਕਰਨੀਆਂ
पर सर वो उल्टे एक चीज होर हो रही है, क्योंकि मार्केट क्यों असी लोगों की गल करनी है, मार्केट में यह हो रहा, कह रहा कि जेडे ज्यादा पैसे दे देंगे उन्होंने अपॉइंटमेंट मिल जाती है, जेडे लीगली करना चाहते कुछ उन्हों का नहीं हो रहा, कुछ हो रहा इदा भी। सर तुसीं जो कुछ किया बिल्कुल सच है जी, ये बिल्कुल सच है, गल्लां सुनन नूं मिलन देखन नूं मिलियां जी। हाँ जी बिल्कुल, हाँ जी जे आप अगली गल करिए, जेडे इंडिया तो 9 महीनों का वीजा लवा के इटली आ रहे हैं, उन्होंने सरनेम की बड़ी प्रॉब्लम आ रही है। अं इटली दे नौवें कनौवे कहने, जिदा कि इंडिया तो पासपोर्ट बनता किसी का ना गाड़ी लिख के पिछे सिंह ला देंगे, जबकि इटली का कानून ये कहता कि जोड़ा तुहाड़ा सरनेम आ वो पासपोर्ट पर लिखा होना, जिदा किसी का सिंह आ किसी का कुमार आ, जदों भी कोई वीजा लैके आता तो सब तो पहला उन्होंने इंडियन अंबैसी को जाना पैंता ये नाम जोड़ा चेंज कराने, उस तो बाद वो दे पक्के होने का अगला प्रोसीजर चलता। सर ये गल नूं इंडियन गवर्नमेंट क्यों नहीं ध्यान च रखती कि जदों असी किसी का पासपोर्ट नवा इशू करते हैं वह जोड़ा सरनेम ते नेम आ वो इंडिया तो ही सूत करके देिए। सर तुसीं बहुत वधिया क्वेश्चन किया जी, क्योंकि मेरे हिसाब नाल 80% जिहड़े केसिस हैगे आ ते उहनां नूं प्रॉब्लम आउंदी आ जिहड़े बंदे बाहर आउंदे आ, ते इंडियन गवर्नमेंट नूं चाहीदा कानून बनाउणा वी मैं कोई भी पास इशू कर दे पंजाब 'चों इंडिया 'चों उहदा नेम सारे नौवें कलम उत्थे इंडिया 'च होणा चाहीदा, तां कि जिहड़ा पैसेंजर आ कोई बंदा आपणे उन बाहरी जा के कंट्रियां 'च प्रॉब्लम ना आवे जी। तो जिन्हें भी लोग सानू ऑनलाइन सुनते ने देखते ने, मेरा एक उन्होंने भी संदेश आ मैसेज आ कि जेड़ा इटली आउण दा शौक रखता वा, मेरा कोई भी भैन जां भरा, वो खास ध्यान रखन कि जदों पासपोर्ट अप्लाई करते आ पहली वारी उदों कोशिश करन जिथे सरनेम वाला कालम आ उत्थे सरनेम लिखा जाए, जिथे नेम आ तो उत्थे नेम लिखा जाए, क्योंकि इटली गौरमेंट दियां हो सकदा कि किसी होर देश दियां अलग रिक्वायरमेंटा होण। इटली गौरमेंट दियां 3 मेन रिक्वायरमेंटा वा, 9वें 9वें, उस तो बाद डेट ऑफ बर्थ ते एक साडा जिहड़ा जन्म स्थान आ, ये 3 चीज़ां एक बंदे दी इटली विच आण के पहचान बणदियां, और ये तिन्ने साडियां बिल्कुल ही सही होणियां चाहीदियां ने। सर मेरा अगला क्वेश्चन ये आ कि बहुत सारे साडे पंजाबियां ने इटली च आण के नैशनैलिटियां लै लईआं, पर जदों वो चाहुंदे आ कि जे किसे एक नैशनैलिटी होल्डर दी वाइफ जां उहदे घर वाला इंडिया, इतों तक कि कई अपने माँ बाप नूं इत्थे सदना चाहुंदे ने, उहनां नूं वी वीजे दी बड़ी प्रॉब्लम आ रही है, की कारण है? सर जिन्हें को रैड पासपोर्ट हैगा उन्हां दी तां प्रॉब्लम थोड़ी घट है, पर जिन्हें को इंडियन पासपोर्ट है उन्हें तो मत 80% प्रॉब्लम हैगी, वीजे नहीं दे रही इटली एम्बेसी ने वीजे दे रही, पर जिन्हें को रैड पासपोर्ट है उन्होंने उन्होंने राइट्स बनता हक बनता भी अपने फादर मदर अपनी वाइफ ने बच्चे जो बुला सक वीजा देना चाहिए। जे आप गल करिए फ्रांस की जर्मन की तो हॉलैंड की, टूरिस्ट वीजा जोड़ा ज़्यादा इशू हो रहा इन्ह कंट्रिया का, इटली की गल करिए जोड़ा टूरिस्ट आ, जबकि इटली नू एक टूरिस्ट देश होने का जोड़ा रुतबा वा मिल चुका, इतने हर साल लखा की तादाद, हज़ार नहीं लखा की तादाद जोड़ा टूरिस्ट आ दूजे मुल्कों तो, पर जे आप गल करिए इटालियन गौरमेंट इंडिया तो बहुत घट टूरिस्ट वीजे इशू कर रही है, तो मेन कारण की है? सर वो एक मेन कारण ये भी जो लोग टूरिस्ट आते हैं ना इंडिया जो टूरिस्ट आते हैं सर वापस नहीं जाते, हो बहुत बंदे वापस नहीं जाते, एक कोटा गवर्नमेंट फिक्स कर दी हैगी भाई इन्ने हज़ार बंदा असी सदना हरेक साल इंडिया और वापस जाना चाहिए, पर साढ़े 80% जो बंदे वापस नहीं जाते, इस करके उस वीजे कट देंगे इटली गवर्नमेंट जी। इन्हें तो कहना कि शायद जेडे साढ़े लोग टूरिस्ट आते पर वापस नहीं जाते, करके कितने ना कितने जी इटालीयन गौरमेंट आ वो जी वीजा टूरिस्ट दिता उन्होंने थोड़ा जहा टैट रख्या हुआ वा उन्होंने दूसरे मुल्कों के मुताबिक। सर हर साल इटली दे 9 महीने वाले पेपर खुलते हैं, तो मेरे हिसाब न पिछले 10 साल लखा की गिणती दे जेडे पंजाबी आ वो इटली आए आ, जां हरियाणी हरियाणवी दे बहुत आउंदे आ, किन्ने एक वीजे लगते हैं तुहानू है कोई गिणती मिणती एक साल दे विच? सर मेरे हिसाब ना तो मतलब ये अंदाजा कह सकते हैं भी काफ़ी वीजे लगते हजारों हिसाब वीजे लगते हैं, मतलब एक्चुअली जी गिणती तो एम्बेसी पता होगा नहीं अंदाजा दस सकते हैं। तुम एक लीगली ट्रैवल एजेंसी चला रहे हो, दादरा ट्रैवल एक बड़ा वड्डा नाम आ जे मैं गल करा तो, एक ब्रांड आ जिहड़े लोग इटली आ रहे उन्हां वास्ते। सर जिहड़ा एक बंदा एक मजदूर आम मजदूर इटली आउंदा इंडिया तो वीजा लैके
ਸਾਨੂੰ ਇਟਲੀ ਬਾਰੇ ਵੀ ਨੌਲੇਜ ਹੋਊਗੀ, ਕਿੱਦਾਂ ਦਾ ਭਵਿੱਖ ਆ ਉਹਦਾ? ਸਰ ਇਟਲੀ ਵਿੱਚ ਉਹਦਾ ਜਿਹੜਾ ਫਿਊਚਰ ਆ ਭਵਿੱਖ ਬਹੁਤ ਅੱਛਾ ਹੈਗਾ। ਇਹ ਮੇਰੇ ਹਿਸਾਬ ਨਾਲ ਵਰਲਡ ਦੀ ਪਹਿਲੀ ਕੰਟਰੀ ਆ, ਵਰਲਡ ਦੀ ਪਹਿਲੀ ਕੰਟਰੀ ਆ, ਮੈਂ ਬੜਾ ਸੱਚ ਬੋਲ ਰਿਹਾ ਵੀ ਜਿੱਥੇ ਇੱਕ ਬੰਦਾ ਆਉਂਦਾ ਲੀਗਲੀ ਤੌਰ 'ਤੇ ਆਉਂਦਾ, ਉਹਦੀ ਫੈਮਿਲੀ, ਉਹਦੀ ਵਾਈਫ, ਉਹਦੇ ਬੱਚੇ, ਉਹਦੇ ਇਨਲਾਜ ਇੰਡੀਆ ਤੋਂ ਪਰਮਿਟ ਆਉਂਦੇ ਆ, ਨਹੀਂ ਤਾਂ ਦੂਸਰੇ ਕੰਟਰੀ ਬਹੁਤ ਟਾਈਮ ਲੱਗਦਾ ਸਰ। ਸਭ ਤੋਂ ਵੱਡਾ ਕਾਰਨ ਇਹ ਆ। ਸਭ ਤੋਂ ਵੱਡਾ ਜਿਹੜਾ ਮਸਲਾ ਅਪੁਆਇੰਟਮੈਂਟਾਂ ਦਾ, ਆਪਾਂ ਗੱਲਬਾਤ ਦੀ ਸ਼ੁਰੂਆਤ ਵੀ ਉੱਥੋਂ ਕੀਤੀ ਹੈ ਕਿ ਹਾਂਜੀ ਅਪੁਆਇੰਟਮੈਂਟਾਂ ਨਹੀਂ ਮਿਲ ਰਹੀਆਂ। ਅਸੀਂ ਵੀ ਜਦੋਂ ਫੀਲਡ ਦੇ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਲੋਕ ਇਹ ਕੰਪਲੇਂਟ ਕਰਦੇ ਆ ਕਿ ਤੁਸੀਂ ਇਹਦੇ ਬਾਰੇ ਗੱਲਬਾਤ ਨਹੀਂ ਕਰ ਰਹੇ। ਇੱਥੋਂ ਤੱਕ ਕਿ ਵਿਦੇਸ਼ ਦੀ ਧਰਤੀ ਹੈ, ਇੱਥੇ ਕੁਛ ਮੰਦਿਰ ਆ, ਕੁਛ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਾ, ਅਤੇ ਜਾਂ ਕੁਛ ਸਮਾਜ ਸੇਵੀ ਸੰਸਥਾਵਾਂ ਵਾ, ਉਹਨਾਂ ਕੋਲ ਵੀ ਇਹ ਲੋਕ ਕੰਪਲੇਂਟ ਲੈ ਕੇ ਆ ਰਹੇ ਵੀ ਇਹਦਾ ਕੋਈ ਹੱਲ ਹੋ ਸਕਦਾ ਤਾਂ ਜ਼ਰੂਰ ਕਰੋ। ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਦਾ ਜਿਹੜਾ ਹੱਲ ਆ ਉਹ ਕਿੱਦਾਂ ਨਿਕਲ ਸਕਦਾ? ਜੇ ਅਪੁਆਇੰਟਮੈਂਟ ਆਪਾਂ ਜਲਦੀ ਕਰਨੀ ਹੋਵੇ ਜਾਂ ਕਿਸੇ ਕੋਲ ਮੰਗ ਕਰਨੀ ਹੋਵੇ, ਤਾਂ ਮੰਗ ਵੀ ਕਿਹਦੇ ਕੋਲ ਕੀਤੀ ਜਾ ਸਕਦੀ ਹੈ? ਸਰ ਤੁਸੀਂ ਮੰਗ ਇਟਲੀ ਐਮਬੈਸੀ ਨੂੰ ਕਰ ਸਕਦੇ, VFS ਨੂੰ ਕਰ ਸਕਦੇ ਹੋ ਕਿ ਤੁਸੀਂ ਅਪੁਆਇੰਟਮੈਂਟ ਖੋਲ ਦਿਓ। ਬੰਦਾ ਅਪੁਆਇੰਟਮੈਂਟ ਮਹੀਨੇ ਬਾਅਦ 2 ਮਹੀਨੇ ਚੱਕ ਲਵੇ, ਉਹਦੇ ਦਿਮਾਗ ਤੋਂ ਟੈਨਸ਼ਨ ਖਤਮ ਹੋ ਜਾਵੇ। ਬਸ ਤੁਸੀਂ ਅਪੁਆਇੰਟਮੈਂਟ ਜਿਹੜੀ ਵੈਬਸਾਈਟ ਆਪਣੀ ਬੰਦ ਨਾ ਕਰੋ ਬਸ। ਸਰ ਇੱਕ ਹੋਰ ਗੱਲ ਆ ਕਿ ਜਿਹੜਾ ਮੈਂ ਗੱਲ ਕੀਤੀ ਸੀ 9 ਮਹੀਨੇ ਵਾਲੇ ਵੀਜ਼ੇ ਦੀ, ਚਲੋ ਅਪੁਆਇੰਟਮੈਂਟ ਕਿਸੇ ਨਾ ਕਿਸੇ ਤਰੀਕੇ ਜੇ ਮਿਲ ਜਾਂਦੀ ਆ, ਮੰਨ ਕੇ ਚਲੋ ਕਿਸੇ ਨੂੰ ਜੁਲਾਈ ਦਾ ਮਹੀਨਾ ਚੱਲਦਾ ਅਤੇ ਇਹਦੇ ਵਿੱਚ ਅਪੁਆਇੰਟਮੈਂਟ ਇਸ਼ੂ ਹੋ ਜਾਂਦੀ ਆ, ਅਤੇ ਜਿਹੜਾ ਮੌਜੂਦਾ ਦੌਰ ਆ, ਬਿਲਕੁਲ ਅੱਜ ਦਾ ਟਾਈਮ ਆ, ਜਿਹੜੀ ਇਟਲੀ ਗੌਰਮੈਂਟ ਦੀ ਵੀਜ਼ਾ ਜਿਹੜੀ ਇੱਕ ਟਾਈਮਿੰਗ ਆ, ਉਹ ਕਿੰਨਾ ਕੁ ਦਿਨ ਲੱਗਦੇ ਆ, ਕਿੰਨਾ ਕੁ ਸਮਾਂ ਲੱਗ ਜਾਂਦਾ? ਸਰ ਫਿਲਹਾਲ ਤਾਂ ਬਹੁਤ ਘੱਟ ਸਮਾਂ ਲੱਗਦਾ, ਵਿਦ ਇਨ ਵੀਕ ਇਟਲੀ ਐਮਬੈਸੀ ਵੀਜ਼ਾ ਲਾ ਦਿੰਦੇ, ਵਿਦ ਇਨ ਵੀਕ ਜਿਹਨੇ ਵੀ ਵਰਕ ਪਰਮਿਟ ਵਾਲੇ ਵੀ 9 ਮਹੀਨੇ ਪੇਪਰ ਆ। ਸਰ ਇੱਕ ਗੱਲ ਹੋਰ, ਜਿਹੜੇ ਇੱਥੇ ਦੇ ਸਿਟੀਜ਼ਨ ਆ, ਚਾਹੇ ਉਹ ਮੁੰਡਾ ਵਾ ਚਾਹੇ ਕੁੜੀ ਆ, ਉਹਨਾਂ ਨੇ ਜੇ ਆਪਣੇ ਪਾਰਟਨਰ ਨੂੰ ਇੰਡੀਆ ਤੋਂ, ਕਿਉਂਕਿ ਪੰਜਾਬੀ ਲੋਕ ਜ਼ਿਆਦਾ ਜਦੋਂ ਵਿਆਹ ਦੀ ਗੱਲ ਆਉਂਦੀ ਆ ਤਾਂ ਇੰਡੀਆ ਵੱਲ ਨੂੰ ਹੀ ਭੱਜਦੇ, ਅਸੀਂ ਉੱਥੇ ਹੀ ਜ਼ਿਆਦਾ ਵਿਆਹ ਕਰਦੇ ਹਾਂ, ਜੇ ਉਹਨਾਂ ਨੇ ਵਿਆਹ ਕਰਾ ਕੇ ਆਪਣੀ ਲਾਈਫ ਪਾਰਟਨਰ ਨੂੰ ਇੱਥੇ ਸੱਦਣਾ, ਤਾਂ ਕਿੱਦਾਂ ਕੁ ਦਾ ਪ੍ਰੋਸੀਜਰ ਆ ਜੀ? ਸਰ ਪ੍ਰੋਸੈਸ ਬਹੁਤ ਈਜ਼ੀ ਹੈ ਜੀ। ਵਾਈਫ ਦਾ ਕੋਈ ਬੰਦੇ ਵੀ ਸੱਦਣਾ, ਉਹਦਾ ਪਾਸਪੋਰਟ ਚਾਹੀਦਾ, ਉਹਦਾ ਮੈਰਿਜ ਸਰਟੀਫਿਕੇਟ ਅਤੇ ਜਨਮ ਸਰਟੀਫਿਕੇਟ 3 ਡਾਕੂਮੈਂਟ ਜ਼ਰੂਰੀ ਆ, ਉਹ ਬਣਵਾ ਕੇ ਇਸ ਲਈ ਫਾਈਲ ਬਣਾ ਕੇ ਅਪੁਆਇੰਟਮੈਂਟ ਲੈ ਕੇ ਜਮ੍ਹਾਂ ਕਰਾ ਸਕਦਾ, ਕੋਈ ਪ੍ਰੋਬਲਮ ਨਹੀਂ।